ਦੇਖ ਰਹੇ ਹਾਂ ਡੇਲੀ ਪੋਸਟ ਤੇ ਬਠਿੰਡਾ ਚ ਬਸੰਤ ਬੜੇ ਵੱਡੇ ਸਤਰ ਤੇ ਮਨਾਇ ਜਾਂਦੀ ਹੈ ਹਰ ਸਾਲੀ ਬਸੰਤ ਪੰਚਮੀ ਦਾ ਤਿਉਹਾਰ ਬਠਿੰਡਾ ਚ ਵੇਖਣ ਵਾਲਾ ਹੁੰਦਾ ਲੋਕ ਦੂਰ ਦਰਾਜ ਜਿਹੜੇ ਦੂਸਰੇ ਸ਼ਹਿਰਾਂ ਤੋਂ ਵੀ ਜਿਹੜੇ ਬਠਿੰਡਾ ਚ ਪਹੁੰਚਦੇ ਨੇ ਤਾਂ ਇਸ ਵਾਰ ਬਸੰਤ ਤੇ ਵੀ ਕਿਸਾਨਾਂ ਦਾ ਮੁੱਦਾ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੇ ਹੱਕ ਚ ਪਤੰਗबाजी ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਦਾ ਮੈਂ ਤੁਸੀਂ ਦੇਖੋ ਕਿਸਾਨ ਏਕਤਾ ਜਿੰਦਾਬਾਦ ਇਹ ਪਤੰਗ ਜਿਹੜੇ ਇਸ ਵਾਰੀ ਖਾਸ ਤੌਰ ਤੇ ਮਾਰਕੀਟ 'ਚ ਦੇਖਣ ਨੂੰ ਮਿਲਿਆ ਤਾਂ ਲੋਕ ਉਡਾ ਵੀ ਰਹੇ ਨੇ ਪਤੰਗ ਨੂੰ ਬੱਚੇ ਹੋਣ ਚਾਹੇ ਵੱਡੇ ਹਰ ਕੋਈ ਅੱਜ ਕਿਸਾਨਾਂ ਦੇ ਨਾਲ ਖੜਾ ਤਾਂ ਇੱਕੋ ਇੱਕ ਮੰਗ ਹੈਗੀ ਹੈ ਕਿ ਜਿਹੜੇ ਕਿਸਾਨ ਅੱਜ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ بڑے ਕਿਸਾਨ ਸ਼ਹੀਦ ਵੀ ਹੋ ਰਿਹਾ ਤਾਂ ਉਹਨਾਂ ਨੂੰ ਕਿਸਾਨ ਜਿਹੜੇ ਹੈਗੇ ਜਿੰਦਾਬਾਦ ਦੇ ਇਹ ਜਿਹੜਾ ਏਕਤਾ ਜਿੰਦਾਬਾਦ ਦਾ ਨਾਅਰਾ ਹੈਗਾ ਉਹ ਦਿੱਤਾ ਗਿਆ ਤਾਂ ਇਸ ਕਰਕੇ ਪਤੰਗ ਵੀ ਬੜੇ ਬਠਿੰਡਾ ਚ ਆਏ ਨੇ ਬੜੀ ਮਾਰਕੀਟ 'ਚ ਬੜੀ ਵੱਡੀ ਡਿਮਾਂਡ ਰਹੀ ਹੈ ਨਾ ਪਤੰਗਾਂ ਦੀ ਬਠਿੰਡਾ ਦੀ ਤੁਹਾਨੂੰ ਤਸਵੀਰ ਅਸੀਂ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਹੱਕ ਚ ਪਤੰਗਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਹਜੇ ਵੀ ਕਿਤਨਾ ਕਿਤੇ ਕਿਸਾਨਾਂ ਦੀ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀਆਂ ਤਾਂ ਇਸ ਕਰਕੇ ਤੁਹਾਨੂੰ ਇੱਕ ਵਾਰੀ ਕੋਸ਼ਿਸ਼ ਕਰਦੇ ਆ ਸੀ ਬਠਿੰਡਾ ਦਾ ਆ ਦਿਖਾਣ ਦੀ ਇੱਥੇ ਬਹੁਤ ਜ਼ਿਆਦਾ ਪਤੰਗਾਂ ਦੀ ਹੁੰਦੀ ਹੈ ਬੜੇ ਵੱਡੇ ਲੈਵਲ ਤੇ ਹੁੰਦੀ ਹੈ ਅਸਮਾਨ ਚ ਹਰ ਪਾਸੇ ਪਤਾਂਗੀ ਪਤੰਗ ਨੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀਆਂ ਬਸੰਤ ਪੰਚਮੀ ਦੀਆਂ ਨੇ ਲੋਕ ਦੂਰ ਦਰਾ ਯਾਨੀ ਦੂਸਰੇ ਸ਼ਹਿਰਾਂ ਤੋਂ ਵੀ ਇੱਥੇ ਪਹੁੰਚਦੇ ਨੇ ਨੇ ਪਤੰਗਬਾਜ਼ੀ ਕਰਨ ਵਾਸਤੇ ਤਾਂ ਅੱਜ ਖਾਸ ਤੌਰ ਤੇ ਕਿਸਾਨਾਂ ਦੇ ਹੱਕ 'ਚ ਇਕਜੁੱਟ ਹੋ ਕੇ ਜਿੰਨੇ ਵੀ ਸ਼ਹਿਰ ਵਾਸੀ ਨੇ ਜਾਂ ਵੱਖ-ਵੱਖ ਜਿਹੜੇ ਸ਼ਹਿਰਾਂ ਤੋਂ ਇੱਥੇ ਪਹੁੰਚਦੇ ਨੇ ਉਹ ਪਤੰਗਬਾਜ਼ੀ ਕਰ ਰਹੇ ਨੇ ਤਾਂ ਇਹ ਜਿਹੜੀ ਬਸੰਤ ਪੰਚਮੀ ਹੈਗੀ ਹੈ ਤੁਹਾਨੂੰ ਦਿਖਾ ਦਈਏ ਸੀ ਅਸਮਾਨ ਪੂਰਾ ਅੱਜ ਪਤੰਗਾਂ ਨਾਲ ਭਰਿਆ ਹੋਇਆ ਹੈ ਲੋਕ ਬੜੀ ਬੇਸਬਰੀ ਨਾਲ ਇਸ ਤਿਹਾੜ ਦਾ ਇੰਤਜ਼ਾਰ ਕਰਦੇ ਆ ਕਿ ਬਸੰਤ ਆਵੇ ਤਾਂ ਅਸੀਂ ਪਤੰਗਬਾਜ਼ੀ ਕਰੀਏ ਪਰ ਇਸ ਵਾਰ ਵੀ ਜਿੱਥੇ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੀ ਗੱਲ ਉੱਠੀ ਹੈ ਉੱਥੇ ਹੀ ਹੁਣ ਵਸੰਤ ਪੰਚਮੀ ਦੇ ਤਿਹਾਾਰ ਤੇ ਵੀ ਤੁਸੀਂ ਦੇਖ ਸਕਦੇ ਹੋ ਪਤੰਗ ਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਹਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵਕਤ ਬਠਿੰਡਾ ਦੀਆਂ ਦਿਖਾ ਰਹੇ ਹਾਂ ਜਿੱਥੇ ਕੋਠੇ ਦੇ ਉੱਤੇ ਪਤੰਗ ਬਾਜ਼ੀ ਹੋ ਰਹੀ ਹੈ ਹਰ ਪਾਸੇ ਲੋਕ ਜਿਹੜੇ ਛੱਤਾਂ ਦੇ ਚੜੇ ਹੁੰਦੇ ਆ ਉਹ ਵੀ ਤੁਹਾਨੂੰ ਤਸਵੀਰ ਅਸੀਂ ਦਿਖਾਣੇ ਆ ਪੂਰੇ ਏਰੀਆ ਦੀ ਤਸਵੀਰ ਦਿਖਾ ਦਿੰਨੇ ਆ ਇਸ ਵਕਤ ਪੂਰਾ ਅਸਮਾਨ ਜਿਹੜਾ ਪਤੰਗਾਂ ਦੇ ਨਾਲ ਭਰਿਆ ਹੋਇਆ ਕਿਸਾਨਾਂ ਦੇ ਹੱਕ 'ਚ ਇੱਕੋ ਇੱਕ ਮੰਗ ਹੈ ਲੋਕਾਂ ਦੀ ਕਿ ਇਹ ਕਿਸਾਨਾਂ ਦੀ ਮੰਗਾਂ ਜਿਹੜੀਆਂ ਆ ਉਹ ਪੂਰੀਆਂ ਕੀਤੀਆਂ ਜਾਣ ਇਸ ਕਰਕੇ ਕਿਸਾਨ ਏਕਤਾ ਜਿੰਦਾਬਾਦ ਇਹ ਪਤੰਗਬਾਜ਼ੀ ਜਿਹੜੀ ਖਾਸ ਤੌਰ ਤੇ ਅੱਜ ਇੱਥੇ ਹੁੰਦੀ ਹੈ ਤਾਂ ਕੋਸ਼ਿਸ਼ ਕਰਦੇ ਆ ਜਿਹੜੇ ਦੂਰ ਕੋਠੇ ਹੈਗੇ ਆ ਲੋਕ ਜਿਹੜੇ ਆਪਣੀ ਛੱਤਾਂ ਤੇ ਖੜੇ ਆ ਉਹ ਵੀ ਤੁਹਾਨੂੰ ਵਖਾਣ ਦੀ ਕੋਸ਼ਿਸ਼ ਕਰਦੇ ਆ ਅਸੀਂ ਬੜਾ ਜਸ਼ਨ ਮਨਾਇਆ ਜਾਂਦਾ ਹੈ ਬਸੰਤ ਵਾਲੇ ਦਿਨ ਇੱਥੇ ਲੋਕ ਘਰਾਂ ਦੀ ਛੱਤਾਂ ਤੇ ਸਵੇਰੇ 4 ਵਜੇ ਡੀਜੇ ਲਾ ਲੈਂਦੇ ਆ ਤੇ ਉਸ ਤੋਂ ਬਾਅਦ ਕਰੀਬ 6-7 ਵਜੇ ਤੱਕ ਸ਼ਾਮ ਨੂੰ ਇਸੇ ਤਰੀਕੇ ਨਾਲ ਇੰਜੋਏਮੈਂਟ ਹੁੰਦਾ ਹਰ ਪਾਸੇ ਇੱਕੋ ਇੱਕ ਇਹੀ ਮੰਗ ਹੈਗੀ ਆ ਕਿ ਸਰਕਾਰ ਕਿਸਾਨਾਂ ਦੀ ਮੰਗਾਂ ਪੂਰੀ ਕਰੇ ਹਰ ਛੱਤ ਦੇ ਉੱਤੇ ਤੁਸੀਂ ਦੇਖਦੇ ਹੋ ਦਰਜਨਾਂ ਦੇ ਸਾਹਮਣੇ ਨੌਜਵਾਨ ਬੱਚੇ ਇਕੱਠੇ ਹੋ ਕੇ ਪਤੰਗਬਾਜ਼ੀ ਕਰਦੇ ਆ ਤਾਂ ਪੂਰਾ ਅਸਮਾਨ ਜਿਹੜਾ ਅੱਜ ਪਤੰਗਾਂ ਦਾ ਭਰਿਆ ਹੋਇਆ ਸਾਰੇ ਕਿਤੇ ਵੱਡੇ ਲੈਵਲ ਦੇ ਉੱਤੇ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਕਿਸਾਨ ਇਕਤਾ ਦਾ ਪਤੰਗ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਜਿਹੜਾ ਪਤੰਗ ਦੇਖ ਰਹੇ ਹੋ ਤੁਸੀਂ ਕੈਮਰੇ ਵਿੱਚ ਜਿਹੜਾ ਪਤੰਗ ਤੁਹਾਨੂੰ ਦਿਖਾ ਰਹੇ ਆ ਸੀ ਇਹ ਕਿਸਾਨ ਇਕਤਾ ਜਿੰਦਾਬਾਦ ਦੇ ਨਾਮ ਦਾ ਪਤੰਗ ਛਪੇ ਹੋਇਆ ਤਾਂ بڑے ਪਤੰਗ ਇਸ ਵਾਰ ਮਾਰਕੀਟ ਦੇ ਵਿੱਚ ਵੇਖਣ ਨੂੰ ਮਿਲੇ ਆ ਕਿਉਂਕਿ ਸਰਕਾਰ ਬੇਸ਼ੱਕ ਸਰਕਾਰ ਕਿਸਾਨਾਂ ਦੇ ਮੰਗਾ ਪੂਰੇ ਨਹੀਂ ਕਰਦੀ ਪਰ ਐਨਜੋਇਮੈਂਟ ਇੱਥੇ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਸੀ ਇਸ ਵਕਤ ਇਹ ਬਸੰਤ ਪੰਚਮੀ ਦੀਆਂ ਨੇ ਜਿੱਥੇ ਕਿ ਤਿਉਹਾਰ ਬਸੰਤ ਦਾ ਬੜੇ ਵੱਡੇ ਲੈਵਲ ਦੇ ਉੱਤੇ ਮਨਾਇਆ ਜਾਂਦਾ ਤਾਂ ਜਿਹੜੇ ਬੱਚੇ ਪਤੰਗ ਉਡਾ ਰਹੇ ਆ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਇੱਕ ਵੱਡਾ ਤਿਉਹਾਰ ਹੈਗਾ ਬਸੰਤ ਬੜੀ ਮਨਾਈ ਜਾਂਦੀ ਹੈ ਕੀ ਕਹਿਣਾ ਚਾਹਾਂਗੇ ਅੱਜ ਕਿਸਾਨ ਇਕਤਾ ਦੇ ਪਤੰਗ ਉਡਾਏ ਜਾ ਰਹੇ ਹਨ ਦੇਖੋ ਜੀ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ ਦੀ ਮੰਗ ਸੁਣੇ ਇਸੇ ਕਰਕੇ ਅਸੀਂ ਪਤੰਗ ਉਡਾ ਰਹੇ ਹਾਂ ਕਿ ਪਤੰਗ ਦੇ ਜ਼ਰੀਏ ਜਿਹੜਾ ਕਿ ਸਰਕਾਰ ਤੱਕ ਕਿਸਾਨਾਂ ਦੀ ਜਿਹੜੀ ਕਿ ਪਹੁੰਚਾਈ ਜਾਵੇ ਕਿੰਨੇ ਮਹੀਨੇ ਤੋਂ ਬੈਠੇ ਨੇ ਕਿੰਨੀ ਦੇਰ ਤੋਂ ਸ਼ਹੀਦ ਹੋ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਪਤੰਗਾਂ ਉਡਾ ਕੇ ਮੋਦੀ ਸਰਕਾਰ ਨੂੰ ਦੱਸੀਏ ਕਿ ਉਹ ਕਿਸਾਨਾਂ ਦੀ ਸੁਣੇ ਇਸ ਕਰਕੇ ਅਸੀਂ ਇਸ ਤਰ੍ਹਾਂ ਦੇ ਪਤੰਗ ਉਡਾ ਰਹੇ ਹਾਂ ਤਾਂ ਕਿ ਕਿਸਾਨਾਂ ਦੀ ਸੁਣੀ ਜਾਵੇ ਉਹਨਾਂ ਨੂੰ ਉੱਥੋਂ ਨਿਰਾਸ਼ਾ ਨਾਲ ਮੁੜਨਾ ਪਵੇ ਸਾਰਾ ਕੰਮ ਉਹਨਾਂ ਦਾ ਬਣ ਜਾਵੇ ਬਿਲਕੁਲ ਹੋਰ ਵੀ ਇੱਥੇ ਬੱਚੇ ਨੇ ਤੁਸੀਂ ਦੇਖ ਰਹੇ ਹੋ ਹਰ ਕੋਲੇ ਇਹੀ ਪਤੰਗ ਹੈਗੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਕਿਸਾਨ ਏਕਤਾ ਦੇ ਪਤੰਗ ਆਏ ਐ ਇਸ ਵਾਰੀ ਬਸੰਤ ਤੇ ਕੀ ਕਹਿਣਾ ਚਾਹੋਗੇ ਜੀ ਅਸੀਂ ਪੂਰਾ ਅਸੀਂ ਸਹਿਯੋਗ ਕਰ ਰਹੇ ਹਾਂ ਕਿਸਾਨਾਂ ਦਾ ਇਹ ਪਤੰਗਾ ਕਰਕੇ ਅਸੀਂ ਪੂਰਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਦਾ ਪੂਰਾ ਧਿਆਨ ਰਵੇ ਇਨ੍ਹਾਂ ਚੀਜ਼ਾਂ ਤੇ ਅਸੀਂ ਚਾਹੁੰਦੇ ਹਾਂ ਕਿ ਪੂਰਾ ਕਿਸਾਨਾਂ ਦਾ ਵਧੀਆ ਉਹਨਾਂ ਨੂੰ ਸਾਰਾ ਮੰਗਾਪੁਰਾ ਕਿੰਨਾ ਕਿੰਜੋਏਮੈਂਟ ਹੁੰਦਾ ਬਸੰਤ ਤੇ ਬਹੁਤ ਇੰਜੋਏਮੈਂਟ ਹੁੰਦਾ ਜੀ ਅਸੀਂ ਚਾਹੁੰਦੇ ਆ ਕਿ ਪੂਰਾ ਪੂਰਾ ਅਸੀਂ ਕਰੀਏ ਉਹਨਾਂ ਕਿਸਾਨਾਂ ਨੂੰ ਕੀ ਲੱਗਦਾ ਤੁਹਾਨੂੰ ਜੀ ਇਸ ਵਾਰੀ ਪਤੰਗਬਾਜ਼ੀ ਹੋ ਰਹੀ ਆ ਬਹੁਤ ਫੈਮਲੀਆਂ ਕੋਠੇ ਤੇ ਇੰਜੋਏਮੈਂਟ ਕਰ ਰਹੀਆਂ ਪਤੰਗ ਉਡਾ ਰਹੇ ਆ ਕਿਸਾਨਾਂ ਦੇ ਪਤੰਗ ਬਹੁਤ ਆ ਇਸ ਵਾਰੀ ਕਿਸਾਨਾਂ ਦੇ ਹੱਕ ਚ ਦੇਖੋ ਜੀ ਬਸੰਤ ਪੰਚਮੀ ਤਾਂ ਪਹਿਲਾਂ ਵੀ ਬਹੁਤ ਹੀ ਵਧੀਆ ਢੰਗ ਨਾਲ ਸਭੀ ਪੰਜਾਬ ਚ ਹਰ ਜਗ੍ਹਾ ਮਨਾਈ ਜਾਂਦੀ ਆ ਬਠਿੰਡੇ ਚ ਤਾਂ ਬਹੁਤ ਜ਼ਿਆਦਾ ਰੌਣਕ ਨਕਾ ਲੱਗਦਾ ਤੁਸੀਂ ਦੇਖ ਹੀ ਰਹੇ ਹੋ ਲੋਕੀ ਮੈਂ ਦੁਪਹਿਰ ਹੋ ਚੁੱਕੀ ਹੋਇਆ ਲੇਕਿਨ ਸਾਰੇ ਆਪਣੇ ਆਪਣੇ ਕੋਠਿਆਂ ਤੇ ਖੜੇ ਨੇ ਮੈਂ ਸਪੈਸ਼ਲ ਗਲੰਦਰ ਤੋਂ ਆਈ ਆ ਇੱਥੇ ਦੀ ਬਠਿੰਡਾ ਦੀ ਬਸੰਤ ਪੰਚਮੀ ਨੂੰ ਇੰਜੋਏ ਕਰਨ ਬਾਕੀ ਜੇਕਰ ਗੱਲ ਤੁਸੀਂ ਪਤੰਗਾ ਦੀ ਕਰ ਰਹੇ ਹੋ ਕਿਸਾਨ ਦੀ ਕਰ ਰਹੇ ਹੋ ਤੇ ਮੋਦੀ ਸਰਕਾਰ ਨੂੰ ਅਸੀਂ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਉਹ ਕਿਸਾਨਾਂ ਦੀ ਗੱਲਾਂ ਨੂੰ ਸੁਣਨ ਤਾਂ ਕਿ ਉਹ ਉਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰ ਸਕਣ ਉਹਨਾਂ ਨੂੰ ਅਸੀਂ ਇਹੀ ਚੀਜ਼ ਯਾਦ ਦਿਲਾਣਾ ਚਾਹੁੰਦੇ ਆ ਨੋ ਫੂਡ ਨੋ ਫਾਰਮਰ ਪਲੀਜ਼ ਉਹਨਾਂ ਦੀ ਗੱਲਾਂ ਸੁਨੀਆਂ ਜਾਣ ਤੇ ਉਹਨਾਂ ਨੂੰ ਅੰਦਾਜ਼ਾ ਧਿਆਨ ਉਹਨਾਂ ਵੱਲ ਹੋ ਸਕੇ ਬਿਲਕੁਲ ਜੀ ਬਸੰਤ ਦਾ ਤਿਉਹਾਰ ਹੈ ਅੱਜ ਤਾਂ ਇੱਕ ਕੋਸ਼ਿਸ਼ ਕਰਦੇ ਆ ਤੁਹਾਨੂੰ ਅਸੀਂ ਬਹੁਤ ਵੱਡਾ ਇੱਕ ਝੁੰਡ ਹੈਗਾ ਪਤੰਗਬਾਜ਼ੀ ਜਿਹੜੀ ਹੋ ਰਹੀ ਹੈ ਖੂਂਜੇ ਦੇ ਵਿੱਚੋਂ ਤੁਸੀਂ ਦੇਖਦੇ ਹੋ ਗੁਰਦਾਰਾ ਸਾਹਿਬ ਦੇ ਪਿੱਛੇ ਇੱਕ ਵੱਡਾ ਹਜੂਮ ਹੈ ਪਤੰਗ ਹੀ ਪਤੰਗ ਪੂਰੇ ਅਸਮਾਨ ਤੇ ਛਾਇਆ ਰੰਗ ਬਰੰਗੇ ਪਤੰਗਾ ਪਰ ਕਿਸਾਨਾਂ ਦਾ ਮੁੱਦਾ ਇਸ ਵਾਰ ਬਸੰਤ ਤੇ ਵੀ ਦੇਖਣ ਨੂੰ ਮਿਲਿਆ ਕਿਉਂਕਿ ਪਤੰਗਬਾਜ਼ੀ ਜਿਹੜੀ ਆ ਹਰ ਸਾਲ ਹੁੰਦੀ ਆ ਤਾਂ ਇਸ ਵਾਰ ਵੀ ਹੋ ਰਹੀ ਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਵਾਰੀ 노 ਫਾਰਮਰ 노 ਫੂਡ ਸਾਰੇ ਦੇਸ਼ ਦੇ ਵਿੱਚ ਉਹ ਕਿਸਾਨਾਂ ਦੇ ਹੱਕ ਚ ਆਵਾਜ਼ ਉੱਠੀ ਆ ਤਾਂ ਅੱਜ ਕੀ ਜਿਹੜੇ ਪਤੰਗ ਆਏ ਆ ਉਹ ਵੀ ਕਿਸਾਨਾਂ ਦੇ ਹੱਕ ਚ ਹੀ ਐ ਪਤੰਗਬਾਜ਼ੀ ਹੋ ਰਹੀ ਕੀ ਕਹਿਣਾ ਚਾਹੋ ਪਤੰਗਾ ਜ਼ਰੀਏ ਦੇਖੋ ਜੀ ਇਹ ਪਤੰਗ ਆਏ ਐ ਇਸ ਚੀਜ਼ ਤਾਂ ਆਪਾਂ ਨੂੰ ਪਤਾ ਲੱਗ ਗਈ ਐ ਕਿ ਸਾਰੀ ਦੁਨੀਆ ਆਪਣੇ ਨਾਲ ਕਿਸਾਨਾਂ ਦੇ ਨਾਲ ਆ ਉਹਨਾਂ ਅਸੀਂ ਵੀ ਕਿਸਾਨ ਵਾਲੇ ਪਤੰਗ ਉਡਾ ਰਹੇ ਹਾਂ ਜੀ ਕਾਫੀ ਸਾਰੇ ਲੈ ਕੇ ਆਏ ਆ ਤੇ ਸਾਡੀ ਇਹੀ ਕੋਸ਼ਿਸ਼ ਹੈਗੀ ਐ ਕਿ ਸਰਕਾਰ ਵੈਸਾ ਸੁਣਨੀ ਰਹੀ ਪਰ ਪਤੰਗਾਂ ਨਾਲ ਕੀ ਤਾਂ ਸੁਣ ਲਵੇ ਆਪਣੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਦੇ ਨਾਲ ਇਹ ਤਿੰਨੋਂ ਕਾਨੂੰਨ ਰੱਦ ਹੋਣ ਠੀਕ ਹੈ ਤੇ ਪਤੰਗਾਂ ਜਿਹੜੀ ਇਹ ਤਰੀਕਾ ਹੈਗਾ ਇਹ ਇਹ ਕੋਸ਼ਿਸ਼ ਬਹੁਤ ਵਧੀਆ ਕੋਸ਼ਿਸ਼ ਹੈਗੀ ਹੈ ਬਿਲਕੁਲ ਬਿਲਕੁਲ ਹਰ ਕੋਈ ਸਪੋਰਟ ਕਰ ਰਿਹਾ ਹੈ ਤੁਸੀਂ ਦੇਖ ਰਹੇ ਹੋ ਇਹ ਤੋਂ ਜਿਹੜੀ ਤਸਵੀਰਾਂ ਤੁਹਾਨੂੰ ਇਸ ਵਕਤ ਅਸੀਂ ਦਿਖਾ ਰਹੇ ਹਾਂ ਇਹ